ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਸਾਡੇ YouTube ਚੈਨਲ ਦੇ ਵਿੱਚ ਦੋਸਤੋ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਡਰਾਈਵਰ ਦੀਆਂ ਅਸਾਮੀਆਂ ਦੇ ਰਿਜ਼ਲਟ ਬਾਰੇ ਗੱਲ ਕਰਾਂਗੇ ਜਿਹੜਾ ਕਿ ਰਿਜ਼ਲਟ ਕੋਡ ਦੇ ਅਨੁਸਾਰ ਪੰਜਾਬ ਟ੍ਰਿਪਲ ਐਸ ਬੋਰਡ ਦੀ ਵੈੱਬਸਾਈਟ ਉੱਤੇ ਆਇਆ ਹੋਇਆ ਹੈ ਕਾਫੀ ਕੈਂਡੀਡੇਟ ਨੇ ਕਮੈਂਟ ਦੇ ਕਰਕੇ ਸਾਨੂੰ ਪੁੱਛਿਆ ਸੀ ਕਿ ਇਹ ਕੋਡ ਕੀ ਹੈ ਦੋਸਤੋ ਇਸ ਵੀਡੀਓ ਵਿੱਚ ਤੁਹਾਨੂੰ ਕੋਡ ਅਤੇ ਕਿਹੜੇ ਕੋਡ ਵਿੱਚ ਕਿੰਨੇ ਕੈਂਡੀਡੇਟ ਨੇ ਟੈਸਟ ਕਲੀਅਰ ਕੀਤਾ ਹੈ ਅਤੇ ਟੋਟਲ ਕਿੰਨੇ ਕੈਂਡੀਡੇਟ ਸਨ ਅਤੇ ਹੋਰ ਰਿਜ਼ਲਟ ਦੇ ਸਬੰਧੀ ਤੁਹਾਨੂੰ ਜਾਣਕਾਰੀ ਇਸ ਵੀਡੀਓ ਦੇ ਵਿੱਚ ਦਵਾਂਗੇ ਜੇਕਰ ਅਜੇ ਤੱਕ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਜ਼ਰੂਰ ਜੇਕਰ ਅਸੀਂ ਸਭ ਤੋਂ ਪਹਿਲਾਂ ਡਰਾਈਵਰ ਦੀਆਂ ਅਸਾਮੀਆਂ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਕੁੱਲ 210 ਅਸਾਮੀਆਂ ਸਨ ਜਿਸ ਤਰ੍ਹਾਂ ਅਸੀਂ ਕੋਡ ਦੀ ਗੱਲ ਕਰੀਏ ਤਾਂ ਇਸ ਨੂੰ 13 ਕੋਡ ਦੇ ਵਿੱਚ ਦੱਸਿਆ ਗਿਆ ਸੀ ਜਦੋਂ ਕਿ ਤੁਸੀਂ ਆਨਲਾਈਨ ਅਪਲਾਈ ਕਰਨਾ ਸੀ ਤਾਂ ਤੁਹਾਡੇ ਕੋਲੋਂ ਆਪਸ਼ਨ ਪੁੱਛੀ ਜਾਂਦੀ ਸੀ ਕਿ ਤੁਸੀਂ ਕਿਸ ਕੋਡ ਦੇ ਵਿੱਚ ਅਪਲਾਈ ਕਰਨਾ ਹੈ ਇਸ ਲਈ ਜਿਸ ਕੋਡ ਦੇ ਵਿੱਚ ਵੀ ਤੁਸੀਂ ਅਪਲਾਈ ਕੀਤਾ ਹੋਇਆ ਸੀ ਉਸ ਦੇ ਵਿੱਚ ਹੀ ਤੁਹਾਡਾ ਨਾਮ ਆਇਆ ਹੋਣਾ ਹੈ। ਕਾਫੀ ਕੈਂਡੀਡੇਟ ਐਸੇ ਸਨ ਜਿਨ੍ਹਾਂ ਨੇ ਕਿ ਦੋ ਜਾਂ ਤਿੰਨ ਕੋਡ ਦੇ ਵਿੱਚ ਅਪਲਾਈ ਕੀਤਾ ਹੋਇਆ ਸੀ ਕਿਉਂਕਿ ਕੋਡ ਵਿੱਚ ਹਰੇਕ ਕੋਡ ਵਿੱਚ ਅਪਲਾਈ ਕਰਨ ਦੇ ਲਈ ਵੱਖਰੀ-ਵੱਖਰੀ ਫੀਸ ਜਿਹੜੀ ਹੈ ਉਹ ਪੇ ਕਰਨੀ ਪੈਂਦੀ ਸੀ। ਇਸ ਲਈ ਕਾਫੀ ਕੈਂਡੀਡੇਟ ਨੇ ਹੋਰ ਵੀ ਕੋਡ ਦੇ ਵਿੱਚ ਅਪਲਾਈ ਕੀਤਾ ਹੋਇਆ ਸੀ ਜੇਕਰ ਅਸੀਂ ਸਭ ਤੋਂ ਪਹਿਲਾਂ ਕੋਡ ਵਾਈਜ਼ ਗੱਲ ਕਰੀਏ ਤਾਂ ਇੱਕ ਕੋਡ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਟੋਟਲ 265 ਕੈਂਡੀਡੇਟ ਸਨ ਜਿਨ੍ਹਾਂ ਨੇ ਕਿ ਰਿਟਨ ਐਗਜ਼ਾਮ ਦਿੱਤਾ ਹੋਇਆ ਸੀ ਅਤੇ ਉਸ ਦੇ ਵਿੱਚੋਂ 129 ਕੈਂਡੀਡੇਟ ਸਨ ਜਿਨ੍ਹਾਂ ਨੇ ਕਿ 35% ਨੰਬਰ ਜਿਹੜੇ ਆ ਉਹ ਹਾਸਲ ਕੀਤੇ ਸਨ ਤੇ ਜੇਕਰ ਇਹਨਾਂ ਦੀਆਂ ਅਸਾਮੀਆਂ ਦੀ ਗੱਲ ਕਰੀਏ ਤਾਂ ਕੁੱਲ 10 ਅਸਾਮੀਆਂ ਸਨ ਕੋਡ 1 ਦੇ ਵਿੱਚ ਅਤੇ ਜਿਸ ਦੇ ਵਿੱਚ ਜਨਰਲ ਦੀਆਂ 3 ਅਨੁਸੂਚਿਤ ਜਾਤੀਆਂ ਦੀਆਂ 4 ਪਛੜੀਆਂ ਸ੍ਰੈਣੀਆਂ ਦੀ 1 ਸਾਬਕਾ ਫੌਜੀ ਦੀ 1 ਅੰਗਹੀਣ ਦੀ 1 ਅਸਾਮੀ ਸੀ ਇਸ ਤੋਂ ਬਾਅਦ ਜੇਕਰ ਅਸੀਂ ਕੋਡ 2 ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਕੋਲ ਜਿਹੜੀਆਂ ਹਨ ਉਹ 37 ਅਸਾਮੀਆਂ ਸਨ ਜਿਸ ਦੇ ਵਿੱਚ ਜਨਰਲ ਦੀਆਂ 17 ਅਨੁਸੂਚਿਤ ਜਾਤੀਆਂ ਦੀਆਂ 9 ਪਛੜੀਆਂ ਸ਼੍ਰੇਣੀਆਂ ਦੀਆਂ 4 ਸਾਬਕਾ ਫੌਜੀਆਂ ਦੀਆਂ 5 ਅੰਗਹੀਣ ਦੀ 1 ਖਿਡਾਰੀਆਂ ਦੀਆਂ 1 ਅਸਾਮੀ ਸੀ ਅਤੇ ਇਸ ਦੇ ਲਈ ਟੋਟਲ 952 ਕੈਂਡੀਡੇਟ ਨੇ ਰਿਟਨ ਟੈਸਟ ਦਿੱਤਾ ਸੀ ਅਤੇ 474 ਕੈਂਡੀਡੇਟ ਨੇ ਇਸ ਰਿਟਨ ਟੈਸਟ ਨੂੰ ਕਲੀਅਰ ਕੀਤਾ ਹੈ ਇਸ ਤੋਂ ਬਾਅਦ ਜੇਕਰ ਅਸੀਂ ਕੋਡ ਨੰਬਰ 3 ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਇੱਕ ਹੀ ਅਸਾਮੀ ਸੀ ਜਿਸ ਦੇ ਲਈ 15 ਕੈਂਡੀਡੇਟ ਨੇ ਐਗਜ਼ਾਮ ਦਿੱਤਾ ਸੀ ਅਤੇ ਉਸ ਦੇ ਵਿੱਚੋਂ 7 ਕੈਂਡੀਡੇਟ ਨੇ ਰਿਟਨ ਟੈਸਟ ਨੂੰ ਕਲੀਅਰ ਕੀਤਾ ਹੈ ਜੇਕਰ ਅਸੀਂ ਇਸ ਤੋਂ ਬਾਅਦ ਕੋਰਡ ਨੰਬਰ 4 ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਕੁੱਲ 12 ਅਸਾਮੀਆਂ ਸਨ ਜਿਸ ਦੇ ਵਿੱਚ ਜਨਰਲ ਦੀਆਂ 4 ਅਨੁਸੂਚਿਤ ਜਾਤੀਆਂ ਦੀਆਂ 4 ਪਛੜੀਆਂ ਸ਼੍ਰੇਣੀਆਂ ਦੇ 1 ਸਾਬਕਾ ਫੌਜੀਆਂ ਦੀਆਂ 2 ਸਤੰਤਰਤਾ ਸੰਗਰਾਮੀ ਦੀ 1 ਅਸਾਮੀਆਂ ਸਨ ਅਤੇ ਇਸ ਦੇ ਲਈ ਟੋਟਲ 681 ਕੈਂਡੀਡੇਟ ਨੇ ਰਿਟਨ ਟੈਸਟ ਦਿੱਤਾ ਸੀ ਅਤੇ ਇਸ ਦੇ ਵਿੱਚ 300 36 ਕੈਂਡੀਡੇਟ ਨੇ ਰਿਟਨ ਟੈਸਟ ਜਿਹੜਾ ਹੈ ਉਹ ਪਾਸ ਕੀਤਾ ਹੈ ਅਤੇ ਜੇਕਰ ਇਸ ਤੋਂ ਬਾਅਦ ਅਸੀਂ ਨੰਬਰ 5 ਕੋਡ ਜਿਹੜਾ ਹੈ ਉਸ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਕੁੱਲ 3 ਅਸਾਮੀਆਂ ਸਨ ਅਤੇ ਇਸ ਦੇ ਲਈ 137 ਕੈਂਡੀਡੇਟ ਨੇ ਰਿਟਨ ਟੈਸਟ ਦਿੱਤਾ ਸੀ ਅਤੇ 68 ਕੈਂਡੀਡੇਟ ਸਨ ਜਿਨ੍ਹਾਂ ਨੇ ਕਿ ਰਿਟਨ ਟੈਸਟ ਪਾਸ ਕੀਤਾ ਹੈ ਇਸ ਤੋਂ ਬਾਅਦ ਜੇਕਰ ਅਸੀਂ ਕੋਡ ਨੰਬਰ 6 ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਕੁੱਲ 8 ਅਸਾਮੀਆਂ ਸਨ ਜਿਸ ਦੇ ਲਈ 365 ਕੈਂਡੀਡੇਟ ਨੇ ਰਿਟਨ ਐਗਜ਼ਾਮ ਦਿੱਤਾ ਸੀ ਅਤੇ 178 ਕੈਂਡੀਡੇਟ ਨੇ ਰਿਟਨ ਟੈਸਟ ਨੂੰ ਕਲੀਅਰ ਕੀਤਾ ਸੀ ਜੇਕਰ ਇਸ ਤੋਂ ਬਾਅਦ ਅੱਗੇ ਅਸੀਂ ਕੋਡ ਨੰਬਰ 7 ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਕੁੱਲ 37 ਅਸਾਮੀਆਂ ਸਨ ਜਿਸ ਦੇ ਲਈ 453 ਕੈਂਡੀਡੇਟ ਨੇ ਰਿਟਨ ਟੈਸਟ ਦਿੱਤਾ ਸੀ ਅਤੇ 215 ਕੈਂਡੀਡੇਟ ਨੇ ਰਿਟਨ ਟੈਸਟ ਨੂੰ ਕਲੀਅਰ ਕੀਤਾ ਹੈ ਇਸ ਤੋਂ ਬਾਅਦ ਜੇਕਰ ਅਸੀਂ ਕੋਡ ਨੰਬਰ 8 ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਟੋਟਲ 53 ਅਸਾਮੀਆਂ ਸਨ ਜਿਸ ਦੇ ਲਈ 2244 ਕੈਂਡੀਡੇਟ ਨੇ ਰਿਟਨ ਟੈਸਟ ਦਿੱਤਾ ਸੀ ਅਤੇ 952 ਕੈਂਡੀਡੇਟ ਨੇ ਰਿਟਨ ਟੈਸਟ ਨੂੰ ਕਲੀਅਰ ਕੀਤਾ ਹੈ ਇਸ ਤੋਂ ਬਾਅਦ ਜੇਕਰ ਅਸੀਂ ਕੋਡ ਨੰਬਰ 9 ਦੀ ਗੱਲ ਕਰੀਏ ਤਾਂ ਇਸ ਵਿੱਚ ਕੇਵਲ ਇੱਕ ਹੀ ਅਸਾਮੀ ਸੀ ਜਿਸ ਦੇ ਲਈ 18 ਕੈਂਡੀਡੇਟ ਨੇ ਰਿਟਨ ਟੈਸਟ ਦਿੱਤਾ ਸੀ ਅਤੇ ਉਸ ਦੇ ਵਿੱਚੋਂ 10 ਕੈਂਡੀਡੇਟ ਹੀ ਪਾਸ ਹੋਏ ਹਨ ਕੋਡ ਨੰਬਰ 10 ਦੀਆਂ ਅਸਾਮੀਆਂ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਕੁੱਲ 4 ਅਸਾਮੀਆਂ ਸਨ ਅਤੇ ਜਿਸ ਦੇ ਵਿੱਚ ਲਈ 99 ਕੈਂਡੀਡੇਟ ਨੇ ਰਿਟਨ ਟੈਸਟ ਦਿੱਤਾ ਸੀ ਅਤੇ ਟੋਟਲ 55 ਕੈਂਡੀਡੇਟ ਨੇ ਰਿਟਨ ਟੈਸਟ ਨੂੰ ਪਾਸ ਕੀਤਾ ਹੈ ਜੇਕਰ 11 ਕੋਡ ਦੀ ਗੱਲ ਕਰੀਏ ਤਾਂ ਇਸ ਵਿੱਚ ਕੁੱਲ ਅਸਾਮੀਆਂ 15 ਸਨ ਜਿਸ ਦੇ ਲਈ 310 ਕੈਂਡੀਡੇਟ ਨੇ ਰਿਟਨ ਟੈਸਟ ਦਿੱਤਾ ਸੀ ਅਤੇ 154 ਕੈਂਡੀਡੇਟ ਨੇ ਰਿਟਨ ਟੈਸਟ ਨੂੰ ਕਲੀਅਰ ਕੀਤਾ ਹੈ ਅੱਗੇ ਹੈ ਜੀ 12 ਕੋਡ ਇਸ ਵਿੱਚ ਕੁੱਲ ਅਸਾਮੀਆਂ 2 ਸਨ ਜਿਸ ਦੇ ਲਈ 24 ਕੈਂਡੀਡੇਟ ਨੇ ਰਿਟਨ ਟੈਸਟ ਦਿੱਤਾ ਸੀ ਅਤੇ 12 ਕੈਂਡੀਡੇਟ ਨੇ ਰਿਟਨ ਟੈਸਟ ਨੂੰ ਕਲੀਅਰ ਕੀਤਾ ਹੈ ਅੱਗੇ 13 ਕੋਡ ਹੈ ਜਿਸ ਦੀ ਵਿੱਚ ਕੁੱਲ 1 ਅਸਾਮੀ ਸੀ ਜਿਸ ਦੇ ਲਈ 11 ਕੈਂਡੀਡੇਟ ਨੇ ਰਿਟਨ ਟੈਸਟ ਦਿੱਤਾ ਸੀ ਅਤੇ 7 ਕੈਂਡੀਡੇਟ ਨੇ ਹੀ ਰਿਟਨ ਟੈਸਟ ਨੂੰ ਕਲੀਅਰ ਕੀਤਾ ਹੈ। ਦੋਸਤੋ ਇਸ ਦੀ ਜਿਹੜੀ ਮੈਰਿਟ ਲਿਸਟ ਹੈ ਉਹ ਤੁਸੀਂ ਦੇਖ ਰਹੇ ਹੋ ਕਿ ਜਿਸ ਤਰ੍ਹਾਂ ਲਿਖਿਆ ਹੋਇਆ ਹੈ ਕਿ 35 ਅੰਕ 35% ਅੰਕ ਪ੍ਰਾਪਤ ਕਰਨ ਵਾਲੇ ਉਮੀਦਵਾਰ ਡਰਾਈਵਿੰਗ ਟੈਸਟ ਦੇਣ ਦੇ ਲਈ ਯੋਗ ਮੰਨੇ ਜਾਣਗੇ। ਸੋ ਦੋਸਤੋ ਜਿੰਨਾ ਕੈਂਡੀਡੇਟ ਦੇ 35% ਨੰਬਰ ਹਨ ਉਹ ਹੀ ਯੋਗ ਹਨ। ਡਰਾਈਵਿੰਗ ਟੈਸਟ ਦੇਣ ਦੇ ਲਈ ਜੇਕਰ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਸ਼ੇਅਰ ਅਤੇ ਲਾਈਕ ਜ਼ਰੂਰ ਕਰਿਓ ਇਸ ਦੇ ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ